ਫਗਵਾੜਾ ਵਿਖੇ ਦੁਆਬਾ ਕਿਸਾਨ ਯੂਨੀਅਨ ਵੱਲੋਂ ਖਲਵਾੜਾ ਰੋਡ ਨੂੰ ਚਾਲੂ ਕਰਵਾਉਣ ਲਈ ਇੱਕ ਮੰਗ ਪੱਤਰ SDM ਫਗਵਾੜਾ ਦੇ ਨਾਂ ਦਿੱਤਾ ਗਿਆ, ਜਿਸ ਵਿੱਚ ਉਹਨਾਂ ਲਿਖਿਆ ਕਿ PWD ਵੱਲੋਂ ਖਲਵਾੜਾ ਬਣ ਰਹੀ ਨਵੀਂ ਰੋਡ ਦਾ ਕੰਮ ਪਿਛਲੇ 2 ਹਫ਼ਤਿਆਂ ਦਾ ਮੁਕੰਮਲ ਤੌਰ 'ਤੇ ਬੰਦ ਪਿਆ ਹੈ, ਜਿਸ ਨੂੰ ਜਲਦ ਹੀ ਚਾਲੂ ਕਰਵਾਇਆ ਜਾਵੇ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਦੁਆਬਾ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸੜਕ ਦੇ ਹਾਲਾਤ ਮਾੜੇ ਹੋਣ ਕਾਰਨ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਵਾਹਦ ਮਾਨਕ ਫੋਕਲ ਪੁਆਇੰਟ ਦੇ ਨਜ਼ਦੀਕ ਜੋ ਬੇਈ ਪੁਲ ਬਣਿਆ ਹੋਇਆ ਹੈ ਉਸ ਦੀ ਵੀ ਬਹੁਤ ਜ਼ਿਆਦਾ ਖਸਤਾ ਹਾਲਤ ਹੈ, ਜਿਸ ਦਾ ਮੁਆਇਨਾ ਕੀਤਾ ਜਾਵੇ ਅਤੇ ਉਸ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਅਣਸੁਖਾਵੀ ਘਟਨਾ ਨਾ ਵਾਪਰ ਸਕੇ। ਇਹ ਜਿਹੜਾ ਖਲਵਾੜਾ ਰੋਡ ਹੈ, ਵਾਧਾ ਰੋਡ ਜਿਹਨੂੰ ਕਿਹਾ ਜਾਂਦਾ, ਫਗਵਾੜੇ ਤੋਂ ਖਲਵਾੜਾ ਵਿੱਚ ਦੀ ਜਾਂਦਾ, ਇਹ ਉੱਥੇ ਦੀਆਂ ਲੋਕਲ ਪੰਚਾਇਤਾਂ ਉਸ ਇਲਾਕੇ ਦੀਆਂ ਲਗਭਗ 20 ਤੋਂ 25 ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਉਹ ਆਈਆਂ। ਭਾਰਤੀ ਕਿਸਾਨ ਜੀ ਨੂੰ ਦੁਆਬਾ ਦਾ ਵਫਦ ਆਇਆ ਕਿ ਬਹੁਤ ਲੰਬਾ ਸਮਾਂ ਹੋ ਗਿਆ ਉਸ ਰੋਡ 'ਤੇ ਅੱਧਾ ਪਚੱਧਾ ਪੱਥਰ ਪੈ ਗਿਆ, ਲੇਕਿਨ 20-25 ਕਿਲੋਮੀਟਰ ਦਾ ਜਿਹੜਾ ਰੋਡ ਆ ਉਹਦੀ ਹਾਲਤ ਬਹੁਤ ਮਾੜੀ ਆ। ਫਗਵਾੜਾ ਦੀਆਂ ਕਚਹਿਰੀਆਂ 'ਚ ਇਕੱਠ ਹੋਇਆ, ਅਸੀਂ ਮਾਨਯੋਗ SDM ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਯਾਦ ਕਰਾਇਆ ਕਿ ਜੇਕਰ ਇਹ ਸੜਕ ਇਮੀਡੀਏਟਲੀ ਠੇਕੇਦਾਰ ਨਹੀਂ ਬਣਾਉਂਦਾ ਤਾਂ ਇਲਾਕੇ ਦੀਆਂ ਪੰਚਾਇਤਾਂ, ਕਿਸਾਨਾਂ ਅਤੇ ਹੋਰ ਸਾਰੇ ਸਹਿਯੋਗੀਆਂ ਨੂੰ ਲੈ ਕੇ ਇੱਕ ਵੱਡਾ ਅਸੀਂ ਜਿਹੜਾ ਆ ਇਹਦੇ 'ਤੇ ਪ੍ਰੋਟੈਸਟ ਕਰਾਂਗੇ, ਫਿਰ ਉਹਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਏਗੀ। ਸਾਨੂੰ SDM ਸਾਹਿਬ ਨੇ ਭਰੋਸਾ ਦਵਾਇਆ ਕਿ 2-3 ਦਿਨ ਦੇ ਵਿੱਚ ਜਿਹੜਾ ਕਿਸਾਨ ਠੇਕੇਦਾਰ ਆ ਉਹਨੂੰ ਬੁਲਾ ਕੇ ਇੱਕ ਮੀਟਿੰਗ ਕੀਤੀ ਜਾਏਗੀ ਅਤੇ ਇਹ ਸਮੱਸਿਆ ਦਾ ਹੱਲ ਜਲਦੀ ਕਰਨ ਦਾ ਯਤਨ ਕੀਤਾ ਜਾਊਗਾ। ਅਸੀਂ ਅੱਜ ਦੇ ਭਰੋਸੇ ਤੋਂ ਬਾਅਦ 2-4 ਦਿਨ ਵੇਟ ਕਰਾਂਗੇ। ਅਗਰ ਜੇ ਇਹ ਸਮੱਸਿਆ ਸਰਕਾਰ ਨਹੀਂ ਹੱਲ ਕਰਦੀ ਕਿ ਵੱਡੇ ਇਲਾਕੇ ਦੀ ਸਮੱਸਿਆ, ਹੁਸ਼ਿਆਰਪੁਰ ਜ਼ਿਲ੍ਹਾ ਜਿਹੜੇ ਗੜਸ਼ੰਕਰ ਨਹਿਰ ਤੱਕ ਜੁੜਦਾ ਰੋਡ ਆ, ਜੇਕਰ ਇਹਦੀ ਮੁਰੰਮਤ ਨਹੀਂ ਹੁੰਦੀ ਤਾਂ ਜਿਹੜੀ ਇਹਦੀ ਸਮੱਸਿਆ ਉਹਨੂੰ ਦੂਰ ਕਰਨ ਲਈ ਇਲਾਕੇ ਦੀਆਂ ਪੰਚਾਇਤਾਂ ਨਾਲ ਮਿਲ ਕੇ, ਲੋਕਲ ਪਿੰਡਾਂ ਨਾਲ ਮਿਲ ਕੇ ਜੇ ਕੋਈ ਵੱਡਾ ਸੰਘਰਸ਼ ਕਰਨਾ ਪਿਆ ਤਾਂ ਭਾਰਤੀ ਕਿਸਾਨ ਯੂਨੀਅਨ ਦੁਆਬਾ ਉਹ ਸੰਘਰਸ਼ ਲੋਕਾਂ ਦੇ ਸਹਿਯੋਗ ਨਾਲ ਕਰਨ ਲਈ ਤਿਆਰ ਹੋਏਗੀ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਮਰਦਾਨਾ ਕਮਜ਼ੋਰੀ ਦੂਰ ਕਰਨ ਦੇ ਮਾਹਿਰ, ਤਾਕਤ, ਜੋਸ਼ ਅਤੇ ਜਵਾਨੀ ਦੀ ਆਖਰੀ ਉਮੀਦ, ਕਦੋਂ ਤੱਕ ਗੁਪਤ ਰੋਗਾਂ ਨੂੰ ਬਚਾਉਂਦੇ ਰਹੋਗੇ? ਅਨੇਕ ਡਾਕਟਰਾਂ ਹਕੀਮਾਂ ਤੋਂ ਪੁੜੀਆਂ ਖਾ ਕੇ ਤੰਗ ਆ ਚੁੱਕੇ ਹੋ, ਨਿਰਾਸ਼ ਹੋ ਚੁੱਕੇ ਹੋ, ਪਰੇਸ਼ਾਨ ਰੋਗੀ ਅੱਜ ਹੀ ਸੰਪਰਕ ਕਰਨ, ਉਮਰ ਹੋਵੇ 25 ਜਾਂ 80, ਹੁਣ ਹੋਵੇਗਾ ਪੱਕਾ ਇਲਾਜ। ਦਰ ਦਰ ਨਾ ਭਟਕੋ। ਕਾਂਤ, ਸ਼ਿਗਰ ਪਤਨ, ਘੱਟ ਸ਼ਕਰਾਣੂ, ਸੁਪਨ ਦੋਸ਼, ਨਾ ਮਰਦੀ, ਮਰਦਾਨਾ ਕਮਜ਼ੋਰੀ, ਇੱਕ ਵਾਰ ਜ਼ਰੂਰ ਅਜ਼ਮਾਓ। ਮੈਂ ਵਾਅਦਾ ਕਰਦਾ ਹਾਂ ਤੁਸੀਂ ਨਿਰਾਸ਼ ਨਹੀਂ ਹੋਵੋਗੇ। ਵਰਮਾ ਦਵਾਖਾਨਾ, ਨੀਅਰ ਨਾਈਆਂ ਵਾਲਾ ਚੌਂਕ, ਫਗਵਾੜਾ। ਮੋਬਾਈਲ ਨੰਬਰ 98150 6471, 98150 6471।